ਸਤਿ ਸ੍ਰੀ ਅਕਾਲ ਦੋਸਤੋ, ਆਪਣੀ ਸਕਰੀਨ ਤੇ ਤੁਸੀਂ ਰਿਕਸ਼ਾ ਚਲਾ ਰਹੇ ਜਿਸ ਬਜ਼ੁਰਗ ਨੂੰ ਦੇਖ ਰਹੇ ਹੋ, ਇਹ ਨੇ ਮੋਗਾ ਦੇ ਪਿੰਡ ਲੋਹਗੜ ਦੇ ਗੁਰਦੇਵ ਸਿੰਘ, ਜਿਨ੍ਹਾਂ ਤੇ ਪਰਮਾਤਮਾ ਨੇ ਅਪਾਰ ਕਿਰਪਾ ਕੀਤੀ ਹੈ ਅਤੇ ਜਿਨ੍ਹਾਂ ਦੇ ਗਰੀਬੀ ਦੇ ਦਿਨ ਕੱਟੇ ਗਏ ਨੇ। ਜੀ ਦੋਸਤੋ, ਇਹਨਾਂ ਦੀ 2.5 ਕਰੋੜ ਦੀ ਲਾਟਰੀ ਨਿਕਲੀ ਹੈ। ਆਓ ਇਹਨਾਂ ਤੋਂ ਸੁਣਦੇ ਹਾਂ ਸਾਰੀ ਘਟਨਾ। ਨਿਕਲੀਆਂ ਲਾਟਰੀਆਂ ਬਹੁਤ ਪਾਈਆਂ ਸੀ, ਪਰ ਵਿੱਚੋਂ ਹਟ ਵੀ ਮੰਗ ਗਿਆ ਸੀਗਾ। ਇਹ ਵੀ ਉਸ ਦਿਨ ਮੇਰੀ ਦਿਲ ਦੀ ਦਲੀਲੀ ਹੋ ਗਈ, ਮੈਂ ਕਿਹਾ ਵੀ ਅੱਜ ਵੀ ਪਾ ਕੇ ਵੇਖ ਲਈ। ਚਲੋ, ਮਹਾਰਾਜ ਨੇ ਸੋਹਣੀ ਕਿਰਪਾ ਕੀਤੀ, ਜਗ੍ਹਾ ਨੇ ਸ਼ੁਕਰ ਹੈ। ਉਹ ਇੱਦਾਂ ਦੀ ਗੱਲ ਕੋਈ ਨਹੀਂ, ਅਤੇ ਉਹ ਖੜ੍ਹਾ ਹੀ ਸੀਗਾ ਮਾੜਾ ਜਿਹਾ ਉਹ ਕਿਸੇ ਬੰਦੇ ਕੋਲ, ਪੌੜੀਆਂ ਵਾਲੇ ਕੋਲ, ਅਤੇ ਮੈਂ ਵੀ ਉੱਥੇ ਖੜ੍ਹ ਕੇ ਉਹਨਾਂ ਨੂੰ ਵੇਖਦਾ ਸੀਗਾ ਵੀ ਪਾਉਂਦੇ ਕਿ ਨਹੀਂ। ਅਤੇ ਮੈਂ ਮੁੜ ਕੇ ਆਖਿਆ ਵੀ ਯਾਰ, ਉਹ ਕਹਿੰਦੇ ਯਾਰ ਮਹਿੰਗੀਆਂ ਹੀ ਹੈਗੀਆਂ ਅਤੇ ਅਸੀਂ ਲੈ ਨਹੀਂ ਪਾਉਣੀ। ਮੈਂ ਚੱਲ ਯਾਰ ਮੇਰੀ ਇੱਕ ਟਿਕਟ ਕਰ ਦੇ। ਚਲੋ, ਆਹ ਹੀ ਗੱਲ ਹੋਈ ਆ। ਆਹਾ ਬਸ ਖੁਸ਼ੀ ਦਾ ਹੀ ਕੰਮ ਸੀ ਜੀ ਮੇਰਾ, ਅਤੇ ਇਹ ਮੈਨੂੰ ਲਗਨ ਬਹੁਤ ਚੜ੍ਹਦੀ ਲੱਗੀ ਸੀ, ਕੋਈ 40 ਸਾਲ ਦੇ ਨੇੜੇ ਹੋ ਗਿਆ ਲਗਨ ਲੱਗੀ ਸੀ ਮੈਨੂੰ। ਮੈਂ ਜਾਣਦਾ ਨਾ ਜੀ ਅੱਜ ਅਨੰਦਪੁਰ ਉੱਠ ਗਿਆ, ਕਿਤੇ ਕਿਤੇ ਤੀਰਥਾਂ 'ਤੇ ਉੱਠ ਗਿਆ, ਅਤੇ ਇਹ ਫਿਰ ਮੈਨੂੰ ਲਗਨ ਲੱਗ ਗਈ। ਹੋਰ ਮੈਨੂੰ ਨਸ਼ਾ ਕੋਈ ਨਹੀਂ ਸੀਗਾ, ਮੈਨੂੰ ਇਹ ਮਿਹਨਤ ਦਾ ਹੀ ਫਲ ਮਿਲ ਗਿਆ। ਦਰੱਖਤਾਂ ਦੀ ਸੇਵਾ ਕਰਨੀ, ਬੱਚਿਆਂ ਨੂੰ ਉਹਨਾਂ ਗਮਲਾ ਬਣਾਉਣਾ, ਉਹਨਾਂ ਨੂੰ ਪਾਣੀ ਪਾਉਣਾ, ਛੋਟਿਆਂ ਦਰੱਖਤਾਂ ਨੂੰ ਜਿੱਥੇ ਮੈਂ ਜੀ ਕਰਨਾ, ਲਾਂਭ ਵੀ ਪਿੰਡ ਵੀ, ਅਤੇ ਜਾਣੀ ਜਿੱਥੇ ਜੀ ਕੀਤਾ ਉੱਥੇ ਹੀ ਖੁਸ਼ ਭਰਨੀ, ਜਾਣੀ ਰਾਹ ਦੇ ਵਿੱਚ ਸੜਕ ਦੀ ਕੋਰ ਠੀਕ ਕਰ ਦੇਣੀ ਵੀ ਜਿੱਥੇ ਕੋਈ ਡਿੱਗੇ ਨਾ ਕੋਈ। ਆਹੀ ਸੀ ਕੰਮ। ਰਸ਼ ਘਾਤ ਲਾਉਂਦੇ ਆ, ਸੜਕਾਂ 'ਤੇ ਮਿੱਟੀ ਪਾਉਂਦੇ, ਸੇਵਾ ਹੀ ਕਰਦੇ ਆ, ਦਰੱਖਤਾਂ ਦੀ ਸੇਵਾ ਕਰਦੇ ਆ, ਸੜਕ 'ਤੇ ਜੋ ਟੋਆ ਟਿੱਬਾ ਜਾ ਕੇ ਰੋੜਾ ਵੱਟਾ ਆਉਂਦਾ ਉਹ ਇੱਕ ਬਸ ਕਰਦੇ। 40 ਸਾਲ ਹੋ ਗਏ ਉਹਨਾਂ ਨੂੰ ਸੇਵਾ ਕਰਦੇ ਹਨ, ਰਸ਼ਕਾਂ 'ਤੇ ਇਦੋਂ ਪਹਿਲਾਂ ਦੇ ਚਲਾਉਂਦੇ ਆ।